क्योंकि सानू जिहड़ा है ना सख्त काम भी करना पैंदा है। यह है जी नलका पुराने दौर का, वेखदे आ गेड़ के चलदा है या नहीं। चल पिया है जी, ड्रेस वगैरह ले लिया भाई नाल, जिहड़ा है राबता कर लिया। तो उन्होंने कहा तुसीं ना अगे आ जाओ स्कूल के अगले पास, जिहड़ा स्कूल तुहानू नज़र आउंदा है ना इहदे अगले पासे है। मैक जिहड़ा है सी ना वह टुट गया, तो पिछे बैकग्राउंड हुण तुहानू शोर भी सुनाई दिया करेगा, क्योंकि पहले मैक हैगा सी ते ओ जिहड़ा ना मैं एक दिन वीडियो शूट करन लगा ਇਹ ਸਾਈਡ ਜਿਹੜੀ ਹੈ ਸਿਟੀ ਹਾਸਲਪੁਰ ਅਤੇ ਇਹ ਸਾਈਡ ਛੋਨਾ ਵਾਲਾ ਡਾਰਾਂ ਵਾਲਾ। ਬਾਕੀ ਰਸਤੇ ਦੇ ਵਿੱਚ ਅਸਲਾਮ ਵਾਲੇਕੁਮ ਜਨਾਬ, ਮੈਂ ਹਾਂ ਤੁਹਾਡਾ ਆਪਣਾ ਮੁਹੰਮਦ ਇਕਬਾਲ ਅਤੇ ਤੁਸੀਂ ਵੇਖ ਰਹੇ ਜੇ ਸਾਡਾ ਚੈਨਲ ਇਕਬਾਲ ਗੁੱਜਰ ਵੀਲੌਗ। ਅਤੇ ਅੱਜ ਅਸੀਂ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅਤੇ ਸਾਡਾ ਜਿਹੜਾ ਅੱਜ ਦਾ ਸਫ਼ਰ ਹੈ ਨਾ ਉਹ ਹੈ ਜੀ ਸਿਟੀ ਹਾਸਲਪੁਰ ਤੋਂ 200 ਪਤਲੂ ਵਾਲਾ। 200 ਪਤਲੂ ਵਾਲਾ ਜਨਾਬ ਹੈ ਡਾਰਾਂ ਵਾਲੇ ਦੇ ਨਾਲ, ਅਤੇ ਅਸੀਂ ਹੁਣ ਉੱਥੇ ਦਾ ਜਿਹੜਾ ਹੈ ਸਫ਼ਰ ਸ਼ੁਰੂ ਕਰ ਛੱਡਿਆ। ਗੰਦਮ ਦੀ ਜਿਹੜੀ ਹੈ ਨਾ ਕਣਕ, ਇਹ ਸਮਝੋ ਪੱਕਣ ਦੇ ਬਿਲਕੁਲ ਤਿਆਰ ਹੈ। ਜ਼ਿਆਦਾ ਤੋਂ ਜ਼ਿਆਦਾ ਸਾਡੇ ਇਲਾਕੇ ਦੇ ਵਿੱਚ 20 ਤੋਂ 15 ਦਿਨ ਲੈਗੀ। ਰੋਈ ਵਾਲੀ ਜਿਹੜੀ ਹੈ ਉਹ 10-12 ਦਿਨਾਂ 'ਚ ਜਾਂ 15 ਦਿਨਾਂ 'ਚ ਆ ਜਾਏਗੀ। ਅਤੇ ਬਾਕੀ ਖਾਦ ਅਸੀਂ ਲੈ ਕੇ ਹੁਣ ਜਾ ਰਹੇ ਹਾਂ, ਸਾਨੂੰ ਗੇੜਾ ਮਿਲਿਆ ਸੀਗਾ। ਇਹ ਸਾਈਡ ਜਿਹੜੀ ਹੈ ਸਿਟੀ ਹਾਸਲਪੁਰ ਅਤੇ ਇਹ ਸਾਈਡ ਛੋਨਾ ਵਾਲਾ ਡਾਰਾਂ ਵਾਲਾ। ਬਾਕੀ ਰਸਤੇ ਦੇ ਵਿੱਚ ਜਿਹੜੇ ਵੀ ਨਾ ਸਟਾਪ ਆਉਣਗੇ ਜਾਂ ਪਿੰਡ ਆਉਣਗੇ, ਇਨਸ਼ਾਅੱਲਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸ਼ੇਅਰ ਕਰਨ ਦੀ। ਅਤੇ ਆਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ 200 ਪਤਲੂ ਲੈ ਕੇ। ਕਿਉਂ ਨਾ ਮੈਂ ਆਪਣੀ ਵਾਈਟੀ ਫੈਮਿਲੀ ਨਾਲ ਜਿਹੜਾ ਹੈ ਆਪਣਾ ਸਫ਼ਰ ਜਿਸ ਤਰ੍ਹਾਂ ਰੂਟੀਨ ਦੇ ਮੁਤਾਬਕ ਸ਼ੇਅਰ ਕਰਦਾ, ਉਸੇ ਤਰ੍ਹਾਂ ਹੀ ਕਰਦੇ ਹਾਂ। ਇਹ ਖਾਦ ਕੁਝ ਮਿਕਸ ਹੈ ਯੂਰੀਆ ਔਰ NP, ਅਤੇ ਇਹ ਸਾਡਾ ਰਿਕਸ਼ਾ ਖਲੋਤਾ ਜੇ ਦੁਆ ਕਰਿਆ ਜੇ ਇਕਬਾਲ ਗੁੱਜਰ ਖੈਰੀਅਤ ਦੇ ਨਾਲ ਆਪਣੀ ਮੰਜ਼ਿਲ ਮਕਸੂਦ ਦੇ ਉੱਤੇ ਪਹੁੰਚ ਜਾਵੇ। ਹੁਣ ਜਿਹੜਾ ਹੈ ਨਾ ਮੈਂ ਆਪਣੀ ਗੱਡੀ ਨੂੰ ਕਰਦਾ ਹੈਗਾ ਮੈਂ ਸਟਾਰਟ, ਅਤੇ ਬੈਟਰੀ ਜਿਹੜੀ ਹੈ ਨਾ ਸਲਫ ਚੁੱਕਦੀ ਨਹੀਂ ਹੈ ਅਤੇ ਟਿਕ ਮਾਰਨੀ ਪੈਂਦੀ ਇਹਦੇ ਨਾਲ, ਅਤੇ ਇਸ ਕਰਕੇ ਹੁਣ ਅਸੀਂ ਆਪਣਾ ਜਿਹੜਾ ਹੈ ਸਫ਼ਰ ਸਟਾਰਟ ਕਰ। ਅਸੀਂ ਨਾ ਹੁਣ ਕਾਫੀ ਸਫ਼ਰ ਕਰਨ ਤੋਂ ਬਾਅਦ ਪਹੁੰਚ ਆਏ ਹੈਗੇ ਹਾਂ 82 ਮੋੜ। ਇਹ ਸਿਟੀ ਨਾ ਹਾਸਲਪੁਰ ਤੋਂ 15 ਕਿਲੋਮੀਟਰ ਫਾਸਲੇ 'ਤੇ ਆਉਂਦਾ ਹੈ ਜੀ 82 ਮੋੜ 'ਤੇ। ਉੱਥੋਂ ਨਾ ਸੜਕ ਅਸੀਂ ਬਣਿਆ ਹੈਗਾ, ਸਾਨੂੰ ਬੋਰਡ ਨਜ਼ਰ ਆਉਂਦਾ ਹੈ ਨਾ, ਇੱਥੋਂ ਮੁੜ ਕੇ ਤਾਂ ਅਸੀਂ ਜਾਣਾ ਹੈ ਡਾਰਾਂ ਵਾਲੇ ਰੋਡ ਦੇ ਉੱਤੇ। ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਭੱਠੇ ਵੀ ਨਜ਼ਰ ਆ ਰਹੇ ਨੇ, ਇਹ ਹੈ ਜੀ 82 ਮੋੜ ਦੀ ਨਿਸ਼ਾਨੀ। ਅਤੇ ਅਸੀਂ ਜਿਹੜਾ ਹੈ ਨਾ ਆਪਣਾ ਸਫ਼ਰ ਡਾਰਾਂ ਵਾਲੇ ਰੋਡ ਦੇ ਉੱਤੇ ਸ਼ੁਰੂ ਕਰ ਦਿੱਤਾ। ਕਾਫੀ ਸਫ਼ਰ ਕਰਨ ਤੋਂ ਬਾਅਦ ਅਸੀਂ ਪਹੁੰਚੇ ਹੈਗੇ ਹਾਂ 43 ਅੱਡੇ 143 ਮੁਰਾਦ ਪਿੰਡ ਹੈ ਜੀ, ਇਹ ਸਟਾਫ ਦਾ ਨਾਂ ਹੈ 43 ਅੱਡਾ। ਅਤੇ ਇੱਥੋਂ ਅਸੀਂ ਜਿਹੜਾ ਹੈ ਨਾ ਅਸੀਂ ਗੁਜ਼ਰਦੇ ਪਏ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਹਰ ਆਉਣ ਵਾਲਾ ਸਟਾਪ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਾਂਜੀ, ਕਾਫੀ ਸਫ਼ਰ ਕਰਨ ਤੋਂ ਬਾਅਦ ਨਾ ਮੈਂ ਜਿਹੜਾ ਹੈ ਗੱਡੀ ਨੂੰ ਬ੍ਰੇਕ ਮਾਰੀ ਹੈ। ਇਹ ਸਾਡਾ ਰਿਕਸ਼ਾ ਖਲੋਤਾ ਹੋਇਆ ਜੇ, ਅਤੇ ਛਾਂ 'ਤੇ ਖੜਾ ਕੀਤਾ ਕਿਉਂਕਿ ਗਰਮੀ ਤੁਹਾਨੂੰ ਪਤਾ ਹੈ ਥੋੜ੍ਹੀ ਥੋੜ੍ਹੀ ਜਿਹੜੀ ਹੈ ਨਾ ਸ਼ੁਰੂ ਹੋ ਗਈ। ਅਤੇ ਇਹ ਜਿਹੜਾ ਹੈ ਨਾ ਰਾਇਆ ਕੱਟ ਕੇ ਰੱਖਿਆ ਪਿਆ ਹੈਗਾ ਜੀ, ਅਤੇ ਮੈਂ ਖੜਾ ਕੀਤਾ ਇਹ ਤੁਹਾਨੂੰ ਮੈਂ ਦੱਸ ਦੇਵਾਂ। ਇਹ ਜਿਹੜਾ ਹੈ ਨਾ ਮੁਸਾਫਰਖਾਨਾ ਚੌਟ ਮੁਰਾਦ ਦਾ ਹੈ ਜੇ। ਇਹ ਜਿਹੜੀ ਪੱਕੀ ਸੜਕ ਜਾ ਰਹੀ ਇਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ, ਇਹ ਜਾਂਦੀ ਹੈ ਜੀ ਚੌਠ ਮੁਰਾਦ ਨੂੰ। ਅਤੇ ਅਸੀਂ ਇੱਥੇ ਖਲੋਤੇ ਸੀਗੇ ਡੇਰੇ ਦੇ ਕੋਲ, ਆਸਰਾ ਕੀਤਾ ਵਾ ਸਾਹ, ਮੈਂ ਕਿਹਾ ਗੱਡੀ ਨੂੰ ਵੀ ਦਵਾ ਲਾਂ। ਟਾਇਰ ਵਗੈਰਾ ਇੰਜਨ ਜਿਹੜਾ ਹੈ ਸੀ ਨਾ ਕਾਫੀ ਜ਼ਿਆਦਾ ਗਰਮ ਹੋ ਗਿਆ ਸੀ, ਇਸ ਕਰਕੇ ਮੈਂ ਕਿਹਾ ਕੋਈ 5-7 ਮਿੰਟ ਦੀ ਬ੍ਰੇਕ ਮਾਰਦੇ ਹਾਂ, ਨਾਲੇ ਆਪਣੇ ਜਿਹੜਾ ਹੈ ਨਾ ਟਾਇਰ ਸ਼ਾਇਰ ਚੈੱਕ ਕਰਦੇ ਹਾਂ ਤਾਂ ਕਿ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਟਾਇਰ ਪੈਂਚਰ ਵਗੈਰਾ। ਤੁਹਾਨੂੰ ਪਤਾ ਹੈ ਟਰਾਂਸਪੋਰਟ ਦੇ 100 ਮਸਲੇ ਮਸਾਇਲ ਹੁੰਦੇ ਨੇ। ਨਹੀਂ ਅਲਹਮਦੁਲਿਲਾ ਠੀਕ ਆ, ਅਤੇ ਇੰਜਨ ਜਿਹੜਾ ਹੈ ਜੀ ਕੁਝ ਹੁਣ ਗਰਮੀਆਂ ਆ ਗਈਆਂ ਨੇ ਨਾ, ਇਸ ਕਰਕੇ ਜਿਹੜਾ ਹੈ ਨਾ ਅਤੇ ਜ਼ਿਆਦਾ ਹੁਣ ਗਰਮ ਹੋਣ ਲੱਗ ਗਈਆਂ ਨੇ ਗੱਡੀਆਂ। ਫਿਰ ਵੀ ਮੈਂ ਅੱਜ ਹਿੰਮਤ ਕਰਕੇ ਅਤੇ ਜਿਹੜਾ ਹੈ ਨਾ 30-32 ਕਿਲੋਮੀਟਰ ਸਫ਼ਰ, ਬਲਕਿ 32-33 ਕਿਲੋਮੀਟਰ ਬਣਦਾ ਜਿਹੜਾ ਮੈਂ ਕਰਕੇ, ਅਤੇ ਹੁਣ ਪਹਿਲੀ ਬ੍ਰੇਕ ਲਾਈ ਹੈ। ਰਸਤੇ ਦੇ ਵਿੱਚ ਕੋਈ ਬ੍ਰੇਕ ਨਹੀਂ ਲਾਈ, ਅਤੇ ਹੁਣ ਤੁਹਾਨੂੰ ਅਗਲਾ ਜਿਹੜਾ ਸਫ਼ਰ ਹੈ ਨਾ ਉਹ ਮੈਂ ਤੁਹਾਨੂੰ ਦਿਖਾਵਾਂਗਾ। ਇਹ ਜਿਹੜਾ ਹੈ ਨਾ ਡਾਰਾਂ ਵਾਲਾ ਰੋਡ, ਇਹਦੇ ਉੱਤੇ ਅਸੀਂ ਸਫ਼ਰ ਕਰ ਰਹੇ ਹੈਗੇ ਹਾਂ, ਅਤੇ ਸਫ਼ਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਗੇ ਜਿਹੜੇ ਵੀ ਪਿੰਡ ਆਉਣਗੇ। ਹਰ ਇੱਕ ਪਿੰਡ ਔਰ ਚੌਕ ਜਿਹੜਾ ਹੈ ਸਟਾਪ ਬਾਈ ਸਟਾਪ ਤੁਹਾਨੂੰ ਇਨਸ਼ਾਅੱਲਾ ਦੱਸਦਾ ਜਾਵਾਂਗਾ। ਮੇਰਾ ਮੈਕ ਜਿਹੜਾ ਹੈ ਸੀ ਨਾ ਉਹ ਟੁੱਟ ਗਿਆ, ਅਤੇ ਪਿੱਛੇ ਬੈਕਗਰਾਉਂਡ ਦੇ ਵਿੱਚ ਹੁਣ ਤੁਹਾਨੂੰ ਸ਼ੋਰ ਵੀ ਸੁਣਾਈ ਦਿਆ ਕਰੇਗਾ, ਕਿਉਂਕਿ ਪਹਿਲੇ ਮੈਕ ਹੈਗਾ ਸੀ ਅਤੇ ਉਹ ਜਿਹੜਾ ਨਾ ਮੈਂ ਇੱਕ ਦਿਨ ਵੀਡੀਓ ਸ਼ੂਟ ਕਰਨ ਲੱਗਿਆ ਅਤੇ ਮੋਬਾਈਲ ਮੇਰਾ ਡਿੱਗਿਆ, ਅਤੇ ਉਹਦੀ ਵਜ੍ਹਾ ਨਾਲ ਜਿਹੜਾ ਹੈ ਨਾ ਮੇਰਾ ਮੈਕ ਵੀ ਟੁੱਟ ਗਿਆ ਸੀਗਾ। ਅਤੇ ਹੁਣ
दुआ करें कि इकबाल का कोई कम शम अच्छा चले तो जोड़ा मैं मैक जोड़ा है ना लै सकता। तो हूँ गड्डी साड़ी ने जोड़ा है जी साई वगैरह कड ली है तो असी जोड़ा है ना अपना सफ़र हम दोबारा एक दफ़ा शुरू करते हैं क्योंकि हूँ जोड़ा है ना असी अपना जोड़ा अगला सफ़र साढ़ा बाकी रहा वो शुरू करते हैं। गड्डी माशाल्लाह साड़ी होगी जी स्टार्ट तो असी जोड़ा है ना जाना है जी 200 पत्रू वाला कहते हैं लेकिन वो है पिंड है जी 200 मुराद यानी जिस तरह 143 मुराद हो गया 164 मुराद हो गया इस तरह वो 200 मुराद का ही पिंड है लेकिन उन्होंने पतलू वाले नाम तो जाने असी ना हम सफ़र जोड़ा है असी शुरू कर दिता है। ये रस्ते दे विच पिंड आया है जी 165 मुराद बसरिया वाला। इस पिंड ना ज़्यादा जोड़ा है ना बसरे ही बैठे हुए हैं तो माशाल्लाह इन्हों का जोड़ा पिंड है बहुत ही अच्छा है और घर भी अच्छे ने। तो उस तो बाद असी पहुँचे है 77 अड्डे 75 मोड़ तो ना कोई 5 किलोमीटर पिछे आता है स्टाप 177 गुजरांवाला पिंड वजद है जी। यह 77 अड्डा है जी तो इतों ना असी दखण वाली साइड न मुड़ना है क्योंकि असी जो पिंड जाना है ना वो यह जो रोड है ना इतों असी मुड़ना है जी। यह डबल रोड बनया ओहो अगो ट्राली आ गई अल्लाह अल्लाह करके बच्चों जी क्योंकि कैमरा भी मेरे हाथ के बच्चे है तो यह रोड जोड़ा ना नवा बनया हो पहले सिंगल से हूँ जो है डबल बन गया है जी। हाँ जी काफ़ी सफ़र करन तो बाद ना असी पहुँचे है 200 पतलू वाले के स्टाप के उत्ते दिखाता जावा यह है जी सेंटर यह है मुराद नहर तो यह साडा रक्षा खलोता है। असी हुण जिहड़ा है ना इस रोड के उत्ते सफ़र करना है जी तो असी जिहड़ा है ना हुण इत्थों फोन करके चंगी तरह जिहड़ा है ना एड्रैस वगैरह ले लिया भाई नाल जिहड़ा है राबता कर लिया तो उन्होंने कहा तुसीं ना अगे आ जाओ स्कूल के अगले बाद जिहड़ा स्कूल तुहानूं नज़र आउंदा है ना ये अगले पास है कानूनी और कानूनी दे विच भाई आके मिलेगा मैनू मैं उन्होंने फोन कर छड़िया तो बाकी हुण तुहानूं कानूनी का खूबसूरत नज़ारा दिखाने तो खाद पता नहीं हुण किसे डेरे ते लवांदे आ या क्या तो उन्होंने पिंड दा सी लेकिन जिथे तक मैनू अंदाजा लग रहा ना वो डेरे ते की तलवाणगे। चलो हुण तुहानूं मैं लैके चल जी पहुँचा है डेरे के उत्ते यह है जी डेरा तो असी हुण ना इत्थे जिहड़ा है खाद उतारनी है साडा जिहड़ा सफ़र है सी वो हो गया मुकम्मल तो यह साडा रक्षा खलोता होया जी। बाकी तुहानूं पता है विलेज का माहौल जिहड़ा है बहुत ही जबरदस्त हुंदा जिहड़े लोग विलेज दे नाल तल्लक रखते हैं विलेज दे विच रहिंदे ने उन्हां नूं पता है कि विलेज की चीज़ है। बाकी यह नलका है पानी वाला तो मैं जिहड़ा है ना हुण पानी पीना है तो वैसे रमज़ान का महीना लेकिन क्योंकि असी जिहड़ा है ना मेहनत मजदूरी वाले लोग वो जिहड़ा है ना रोज़ा नहीं रख सकते इस करके क्योंकि सानू जिहड़ा है ना सख्त काम भी करना पैंदा है। यह है जी नलका पुराने दौर का वेखदे आ गेड़ के चलदा है या नहीं चल पिया है जी हुण मैं पानी पीना है जी यह नाल ही खाला चल रहा जी चेक कर सकते जी यह डंगर वगैरह ने तो यह साडा रक्षा खलोता होया जी।